ਵੈਲਕਮ ਹੈ ਤੁਹਾਨੂੰ ਸਾਰਿਆਂ ਨੂੰ ਬੌਕਸ ਆਫਿਸ ਦੇ ਗਿਲ ਦੇ ਉੱਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਨਾਲ ਤੁਹਾਡੀ ਫੈਮਿਲੀ ਵੀ ਹੋਏਗੀ ਠੀਕ ਠਾਕ ਗੱਲ ਕਰਨੇ ਦੋ ਫਿਲਮਾਂ ਦੇ ਬੌਕਸ ਆਫਿਸ ਕਲੈਕਸ਼ਨ ਦੀ ਇੱਕ ਜਿਹੜੀ ਹੈ ਮੈਡਲ ਔਰ ਦੂਸਰੀ ਜਿਹੜੀ ਹੈ ਜੋਨਾ ਮੋੜ ਮੋੜ ਫਿਲਮ ਔਰ ਜੋਨਾ ਮੈਡਲ ਇਹਨਾਂ ਦਾ ਬੌਕਸ ਆਫਿਸ ਕਲੈਕਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫਿਲਮਾਂ ਜਿਹੜੀ ਨੇ ਬੌਕਸ ਆਫਿਸ ਦੇ ਉੱਤੇ ਸੁਪਰ ਹਿੱਟ ਹੋ ਚੁੱਕੀਆਂ ਨੇ ਲੇਕਿਨ ਮੇਰੀ ਜਿਹੜੀ ਐਕਸਪੈਕਟੇਸ਼ਨ ਸੀ ਉਹ ਸੀਗੇ ਇਹ ਫਿਲਮਾਂ 50 ਕਰੋੜ ਤੋਂ ਉੱਤੇ ਦਾ ਬੌਕਸ ਆਫਿਸ ਕਲੈਕਸ਼ਨ ਇਕੱਠਾ ਕਰਨ ਕਿਉਂਕਿ ਮੂਵੀ ਦੀ ਜਿਹੜੀਆਂ ਸਟੋਰੀਆਂ ਸਾਨੂੰ ਕਾਫੀ ਪੰਜਾਬੀ ਫਿਲਮਾਂ ਤੋਂ हट ਕੇ ਬਣਾਈਆਂ ਗਈਆਂ ਸਨ ਔਰ ਨਇਆ ਇੱਕ ਟ੍ਰੈਂਡ ਤੁਹਾਨੂੰ ਵੇਖਣ ਕਣੀ ਮਿਲਦਾ ਸੀ ਇਹਨਾਂ ਦੋਵਾਂ ਫਿਲਮਾਂ ਦੇ ਵਿੱਚ ਲੇਕਿਨ ਕੀ ਕਿਹਾ ਜਾ ਸਕਦਾ ਹੈ ਕਿ ਫਿਲਮਾਂ ਅੱਛਾ ਬਹੁਤ ਸਬਸਕ੍ਰਿਪਸ਼ਨ ਕਰ ਰਹੀਆਂ ਨੇ ਲੇਕਿਨ 50 ਕਰੋੜ ਤੱਕ ਇਹ ਮੁਸ਼ਕਲ ਹੀ ਪਹੁੰਚਣਾ ਗੱਲ ਕਿਹੜੀ ਹੈ ਜੈ ਰੰਦਾਵਾ ਸਾਹਿਬ ਦੀ ਫਿਲਮ ਸੀ ਜਿਹੜੀ ਮੈਡਲ ਤੇ ਇਸ ਤੇ ਪਰ ਇਹ ਕਿਹਾ ਜਾ ਰਿਹਾ ਹੈ ਕਿ ਸਾਊਥ ਇੰਡੀਅਨ ਪੰਜਾਬੀ ਫਿਲਮਾਂ ਜਿਹੜੀਆਂ ਐ ਹੁੰਦੀਆਂ ਸਾਊਥ ਇੰਡੀਅਨ ਤਾਮਿਲ ਫਿਲਮਾਂ ਉਸ ਤਰਫ ਤੇ ਹੀ ਇਹ ਫਿਲਮ ਬਣਾਈ ਗਈ ਲੇਕਿਨ ਕਾਫੀ ਅੱਛੀ ਜਿਹੜੇ ਐਕਸ਼ਨ ਸੀਨਸ ਤੇ ਲਏ ਗਏ ਔਰ ਕਾਫੀ ਜ਼ਿਆਦਾ ਲੋਕਾਂ ਨੇ ਇਸ ਨੂੰ ਅਸੀਂ ਕਲੈਕਸ਼ਨ ਦੀ ਗੱਲ ਕਰੀਏ ਆਪਣੇ ਓਪਨਿੰਗ ਡੇ ਦੇ ਦਿਨ ਕਿਹਾ ਸੀ 1.10 ਕਰੋੜ ਰੁਪਏ ਦਾ ਬਹੁਤ ਸਾਦੇ ਤੇ ਕਲੈਕਸ਼ਨ ਹੈ ਕਾਫੀ ਅੱਛਾ ਪੰਜਾਬੀ ਫਿਲਮਾਂ ਦੇ ਵੇਖਣ ਕਣੀ ਇਹ ਅੱਛਾ ਬਾਕਸ ਆਫਿਸ ਕਲੈਕਸ਼ਨ ਸੀ ਆਪਣੇ ਪਹਿਲੇ ਵੀਕ ਦੇ ਉੱਤੇ ਵੀਕ ਤੇ ਨਹੀਂ ਕਹਿ ਸਕਦਾ ਕਿ ਇੱਕ ਦਿਨ ਲੇਟ ਰਿਲੀਜ਼ ਹੋਈ ਸੀ ਔਰ ਇਸਨੇ ਕੀਤਾ ਮੈਂ ਦੋ ਦਿਨਾਂ ਦੇ ਅੰਦਰ 4.3 ਕਰੋੜ ਰੁਪਏ ਦਾ ਬਾਕਸ ਆਫਿਸ ਕਾ ਕੇ ਯਾਨੀ ਕਿ ਆਪਣੇ ਪਹਿਲੇ ਵੀਕ ਦੇ ਉੱਤੇ ਤੇ ਹੁਣ ਤਾਂ ਨਹੀਂ ਤੁਹਾਨੂੰ ਸ਼ਰਮ ਆ ਦੇ ਵਿੱਚ ਲੱਗਿਆ ਹੋ ਜਾਂਦਾ ਕਾਫੀ ਦਿਨ ਹੋ ਗਏ ਲੇਕਿਨ 15 ਦਿਨਾਂ ਦਾ ਜਿਹੜਾ ਬਾਕਸ ਆਫਿਸ ਕਲੈਕਸ਼ਨ ਆਇਆ ਉਸ ਦੇ ਮੁਤਾਬਕ ਇਸ ਜਿਹੜਾ ਬਾਕਸ ਆਫਿਸ ਕਲੈਕਸ਼ਨ ਕਿੱਡਾ ਕੀਤਾ ਉਹ ਬੰਦਾ 12.13 ਕਰੋੜ ਰੁਪਈਆ ਇਸ ਤਰ੍ਹਾਂ ਇਹ ਜਿਹੜੀ ਫਿਲਮ ਹੈ ਉਹ ਹੋ ਗਈ ਹੈ ਸੁਪਰ ਹਿੱਟ ਕਿਉਂਕਿ ਇਸ ਫਿਲਮ ਦਾ ਬਜਟ ਹੈ तकरीबन 7 ਤੋਂ 8 ਕਰੋੜ ਰੁਪਇਆ ਬਾਦ ਲੋ ਕਹਿ ਰਹੇ 4 ਤੋਂ 5 ਕਰੋੜ ਰੁਪਇਆ ਫਿਲਮ ਹੈ ਤੇ ਨਹੀਂ ਭਾਈ ਇਤਨਾ ਨਹੀਂ ਹੋ ਸਕਦਾ ਕਿਉਂਕਿ ਕਾਫੀ ਅੱਛੇ ਐਕਸ਼ਨ ਸੀਨ ਤਾਂ ਇਸ ਫਿਲਮ ਦੇ ਵਿੱਚ ਵੇਖਣ ਕਾ ਨਹੀਂ ਮਿਲਦੇ ਨੇ ਮੋੜ ਫਿਲਮ ਦੀ ਅਗਰ ਗੱਲ ਕਰੀਏ ਤੇ ਇਹ ਬਾਇਓਗ੍ਰਾਫੀਕਲ ਫਿਲਮ ਸੀ ਜਿਹੜੀ ਆਪਣਾ ਜਿਉਣਾ ਮੋੜ ਦੀ ਜ਼ਿੰਦਗੀ ਤੇ ਬਣਾਈ ਗਈ ਸੀ ਔਰ ਕਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਇੱਕ ਬੰਦਾ ਉੱਠ ਖੜਨਾ ਹੁੰਦਾ ਰੋਈ ਡੇਜ਼ਰਟ ਦੇ ਵਿੱਚ ਯਾਨੀ ਗਰੀਗਿਸਤਾਨ ਦੇ ਵਿੱਚ ਉਸਦੀ ਇਹ ਫਿਲਮ ਮ ਬਣਾਈ ਗਈ ਸੀ ਇਸ ਫਿਲਮ ਦੇ ਅਗਰ ਓਪਨਿੰਗ ਡੇ ਦੀ ਗੱਲ ਕਰੀਏ ਤੇ ਵਿੱਚ ਇਮੀ ਵੀਰਖ ਸਾਹਿਬ ਔਰ ਦੇਵ ਸਾਹਿਬ ਨੇ ਕਾਫੀ ਅੱਛਾ ਕੰਮ ਕੀਤਾ ਸੀ ਲੋਕਾਂ ਨੇ ਇਸ ਦੇ ਕਾਫੀ ਪੋਜ਼ਿਟਿਵ ਰਿਵਿਊ ਵੀ ਦਿੱਤੇ ਨੇ ਇਸ ਫਿਲਮ ਦੇ ਅਗਰ ਓਪਨਿੰਗ ਡੇ ਦੀ ਗੱਲ ਕਰੀਏ ਇਸ ਨੇ ਕੀਤੇ 2.80 ਕਰੋੜ ਦਾ ਬਹੁਤ ਵਧੀਆ ਕਲੈਕਸ਼ਨ ਸਟਾਰਟ ਫੜਿਆ ਸੀ ਕਾਫੀ ਅੱਛਾ ਇਸ ਵੇਲੇ ਸਟਾਰਟ ਫੜਿਆ ਔਰ ਇਹ ਤੱਕ ਵੀ ਅੱਛਾ ਬਹੁਤ ਵਧੀਆ ਕਲੈਕਸ਼ਨ ਇਕੱਠਾ ਕਰਦੀ ਜਾ ਰਹੀ ਹੈ ਪਨੇ ਪਹਿਲੇ ਵੀਕ ਜਿਹੜਾ 3 ਦਿਨਾਂ ਦਾ ਵੀਕ ਸੀ ਉਸ ਦੇ ਵਿੱਚ ਦੇਣਾ ਕਿੰਨਾ 6.80 ਕਰੋੜ ਰੁਪਈਆ ਦਾ ਬਹੁਤ ਆਫਿਸ ਕਲੈਕਸ਼ਨ ਤੇ 6 ਦਿਨਾਂ ਦਾ ਜਿਹੜਾ ਬਹੁਤ ਆਫਿਸ ਕਲੈਕਸ਼ਨ ਕਰੀਏ ਤੋਂ ਮਤਲਬ 9.45 ਕਰੋੜ ਰੁਪਈਆ ਇਸ ਮੂਵੀ ਦਾ ਜਿਹੜਾ ਬਜਟ ਹੈ ਉਹ ਹੀ ਤਕਰੀਬਨ 5 ਕਰੋੜ ਰੁਪਈਆ ਇਸ ਤਰ੍ਹਾਂ ਇਹ ਜਿਹੜੀ ਫਿਲਮ ਹੈ ਇਹ ਵੀ ਹੋ ਗਈ ਹੈ ਸੁਪਰ ਹਿੱਟ ਤੇ ਅਗਰ ਵੀਡੀਓ ਪਸੰਦ ਹੈ ਇਹ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਮਿਲਣਿਆ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਵੇਖਣ ਦਾ ਬਹੁਤ-ਬਹੁਤ ਸ਼ੁਕਰੀਆ